ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬੜੀ ਜ਼ਿਆਦਾ ਜ਼ਰੂਰੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਿਨ੍ਹਾਂ ਕਿਸਾਨਾਂ ਨੇ ਪਸ਼ੂ ਰੱਖੇ ਨੇ, ਅਕਸਰ ਆਪਾਂ ਨੂੰ ਇਹ ਦਿੱਕਤ ਦੇਖਣ ਨੂੰ ਮਿਲਦੀ ਹੈ, ਸੂਣ ਤੋਂ ਬਾਅਦ ਦੇ ਵਿੱਚ ਪਸ਼ੂ ਗਾਂ ਹੋਵੇ ਜਾਂ ਮੱਝ, ਪੂਰੇ ਦੁੱਧ ਤੇ ਕਈ ਵਾਰੀ ਨਹੀਂ ਜਾਂਦਾ। ਜਿੰਨੀ ਆਪਾਂ ਉਸ ਪਸ਼ੂ ਤੋਂ ਆਸ ਲਾਈ ਹੁੰਦੀ ਹੈ, ਉਹਦੇ ਤੱਕ ਉਹ ਨਹੀਂ ਪਹੁੰਚਦਾ ਤੇ ਦੁੱਧ ਦੇ ਵਿੱਚ ਆਪਾਂ ਨੂੰ ਘਾਟਾ ਜਿਹੜਾ ਚੱਲਣਾ ਪੈਂਦਾ ਹੈ। ਪਰ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਡੇ ਨਾਲ ਤਰੀਕਾ ਸਾਂਝਾ ਕਰਦੇ ਹਾਂ ਲੇਟੀ ਬਣਾਉਣ ਦਾ। ਉਹ ਲੇਟੀ ਜਿਹੜੀ ਆਪਣੇ ਬਜ਼ੁਰਗ ਆਮ ਘਰਾਂ ਦੇ ਵਿੱਚ ਬਣਾ ਕੇ ਪਾਉਂਦੇ ਹੁੰਦੇ ਸੀ। ਤੁਸੀਂ ਕਿਸੇ ਵੀ ਪਸ਼ੂ ਨੂੰ ਪਾ ਸਕਦੇ ਹੋ, ਗਾਂ ਹੋਵੇ ਜਾਂ ਮੱਝ ਹੋਵੇ, ਸੋਏ ਨੂੰ ਚਾਹੇ ਕਿੰਨਾ ਵੀ ਚਿਰ ਹੋ ਗਿਆ ਦੁੱਧ ਤੋਂ ਨਹੀਂ ਵੱਧਦਾ, ਤੁਸੀਂ ਇਹ ਜਿਹੜਾ ਫਾਰਮੂਲਾ ਵਰਤ ਲਿਓ। ਜੇ ਤੁਹਾਡਾ ਪਸ਼ੂ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਦੁੱਧ ਤੋਂ ਵਧੇਗਾ, ਜਿੰਨੀ ਉਹਦੀ ਕਪੈਸਿਟੀ ਹੈ ਉਹਦੇ ਤੱਕ ਪਹੁੰਚੇਗਾ, ਤੇ ਅੱਗੇ ਵੀ ਤੁਸੀਂ ਕਿਸੇ ਨੂੰ ਦੱਸੋਗੇ ਕਿ ਤਰੀਕਾ ਜਿਹੜਾ ਤੁਸੀਂ ਵਰਤੋ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ, ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਜਿਹੜਾ ਇੱਕ ਬੈੱਲ ਵਾਲਾ ਬਟਨ ਹੈ ਉਹਨੂੰ ਵੀ ਦਬਾ ਦਿਓ, ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਬੜੇ ਲੋਕਾਂ ਨੂੰ ਵੇਖਿਆ ਜਾਂਦਾ ਹੈ ਪਸ਼ੂ ਸੂਣ ਤੋਂ ਬਾਅਦ ਦੇ ਵਿੱਚ ਉਹਨੂੰ ਉਹ ਖੁਰਾਕ ਜਿਹੜੀ ਜ਼ਰੂਰੀ ਚਾਹੀਦੀ ਹੁੰਦੀ ਹੈ, ਜਿਹਦੇ ਨਾਲ ਦੁੱਧ ਵਧਣਾ, ਉਹਦੇ 'ਤੇ ਆਪਾਂ ਧਿਆਨ ਨਹੀਂ ਦਿੰਦੇ। ਆਪਾਂ ਸਿਰਫ ਫੀਡ ਜਿਹੜੀ ਹੈ ਉਹਦੇ ਉੱਤੇ ਜ਼ੋਰ ਦਿੱਤਾ ਹੁੰਦਾ ਹੈ ਕਿ ਆਹ ਜਿਹੜੀ ਫੀਡ ਪਾਉਣੀ ਹੈ ਫਲਾਣੀ ਕੰਪਨੀ ਦੀ ਪਾਉਣੀ ਹੈ ਜਾਂ ਟਿੰਗੜੀ ਕੰਪਨੀ ਦੀ ਪਾਉਣੀ ਹੈ, ਪਰ ਜਿਹੜੀਆਂ ਖੁਰਾਕਾਂ ਪਸ਼ੂ ਨੂੰ ਬੜੀਆਂ ਜ਼ਿਆਦੀਆਂ ਜ਼ਰੂਰੀ ਹੁੰਦੀਆਂ ਨੇ ਸੂਣ ਤੋਂ ਬਾਅਦ ਦੇ ਵਿੱਚ, ਡਿਲੀਵਰੀ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਆਪਾਂ ਭੁਲਾ ਦਿੰਦੇ ਹਾਂ। ਤੁਸੀਂ ਜ਼ਰੂਰੀ ਨਹੀਂ ਹੈ ਕਿ ਸੱਜਰ ਸੂਏ ਪਸ਼ੂ ਨੂੰ ਤਾਜ਼ੇ ਸੂਏ ਪਸ਼ੂ ਦੇ ਉੱਤੇ ਹੀ ਇਹ ਜਿਹੜਾ ਫਾਰਮੂਲਾ ਵਰਤਣਾ ਹੈ, 1 ਮਹੀਨੇ, 1.5 ਮਹੀਨੇ, 2 ਮਹੀਨੇ ਬਾਅਦ ਦੇ ਵਿੱਚ ਵੀ ਸੂਣ ਤੋਂ ਤੁਸੀਂ ਇਹ ਜਿਹੜਾ ਤਰੀਕਾ ਵਰਤ ਸਕਦੇ ਹੋ ਅਤੇ ਆਪਣੇ ਪਸ਼ੂ ਨੂੰ ਦੁੱਧ ਤੋਂ ਵਧਾ ਸਕਦੇ ਹੋ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਤਰੀਕਾ ਹੈ ਇਹਨੂੰ ਕਿਵੇਂ ਆਪਾਂ ਤਿਆਰ ਕਰਨਾ ਹੈ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ। ਆਮ ਚੀਜ਼ਾਂ ਤੁਹਾਨੂੰ ਤੁਹਾਡੇ ਆਸ ਪਾਸ ਹੀ ਮਿਲ ਜਾਣਗੀਆਂ, ਕੋਈ ਜ਼ਿਆਦੀਆਂ ਉਹ ਚੀਜ਼ਾਂ ਨਹੀਂਗੀਆਂ ਜਿਹੜੀਆਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਨਾ ਮਿਲਣ। ਇਹਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਲੈਣਾ ਹੈ ਘਿਓ, ਤੁਸੀਂ ਡਾਲਟਾ ਘਿਓ ਵੀ ਲੈ ਸਕਦੇ ਹੋ। 300 ਗ੍ਰਾਮ ਆਪਾਂ ਇਹ ਜਿਹੜਾ ਘਿਓ ਲੈਣਾ ਹੈ। ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ 'ਤੇ ਆਪਾਂ 100 ਗ੍ਰਾਮ ਲੈਣੀ ਹੈ ਹਾਲੋਂ, ਅਤੇ 100 ਗ੍ਰਾਮ ਜੀਰਾ। ਜੀਰਾ ਆਮ ਜਿਹੜਾ ਆਪਾਂ ਨੂੰ ਦੁਕਾਨਾਂ 'ਤੇ ਮਿਲਦਾ, ਉਹ ਕਾਲੀ ਜੀਰੀ ਨਹੀਂ ਲੈਣੀ, ਜਿਹੜਾ ਜੀਰਾ ਹੁੰਦਾ ਉਹ ਲੈਣਾ। ਇਹਦੇ ਨਾਲ ਤੁਸੀਂ 50 ਗ੍ਰਾਮ ਮੋਟੀ ਇਲਾਚੀ ਲੈਣੀ ਹੈ, 100 ਗ੍ਰਾਮ ਤੁਸੀਂ ਇਹਦੇ ਨਾਲ ਜਵੈਣ ਲੈਣੀ ਹੈ, 350 ਤੋਂ 400 ਗ੍ਰਾਮ ਜਿਹੜਾ ਤੁਸੀਂ ਗੁੜ ਲੈਣਾ। ਗੁੜ ਤੁਸੀਂ ਦੇਸੀ ਵੀ ਲਓ ਤਾਂ ਜ਼ਿਆਦਾ ਵਧੀਆ ਗੱਲ ਹੈ, ਪਰ ਜੇ ਦੇਸੀ ਨਹੀਂ ਹੈ ਤਾਂ ਤੁਸੀਂ ਇਹ ਗੁੜ ਵੀ ਜਿਹੜਾ ਲੈ ਸਕਦੇ ਹੋ। ਇਹਦੇ ਤੋਂ ਬਾਅਦ ਦੇ ਵਿੱਚ ਦੁਫਾੜ ਹੋਈ ਕਣਕ ਜਿਹੜੀ ਹੈ 800 ਗ੍ਰਾਮ ਤੋਂ 900 ਗ੍ਰਾਮ ਜਿਹੜੀ ਤੁਸੀਂ ਇਹ ਕਣਕ ਲੈਣੀ ਹੈ, 250 ਗ੍ਰਾਮ ਜਿਹੜੇ ਤੁਸੀਂ ਵੜੇਵੇਂ ਲੈਣੇ ਆ, ਅਤੇ ਇਹਨਾਂ ਦੇ ਨਾਲ ਤੁਸੀਂ ਲੈਣੀ ਹੈ 100 ਗ੍ਰਾਮ ਸੌਂਫ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਬਿਲਕੁਲ ਡਿੱਗੇ ਪਸ਼ੂ ਨੂੰ ਵੀ ਦੁੱਧ 'ਤੇ ਲਿਆ ਕੇ ਖੜਾ ਕਰ ਦੇਣਗੀਆਂ, ਅਤੇ ਦੁੱਧ ਜਿਹੜਾ ਤੁਹਾਡਾ ਦਿਨਾਂ ਦੇ ਵਿੱਚ ਵਧੇਗਾ, ਚਾਹੇ ਗਾਂ ਹੋਵੇ ਜਾਂ ਮੱਝ। ਪਰ ਗੱਲ ਇਹ ਆਉਂਦੀ ਹੈ ਕਿ ਇਹਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਬਣਾਉਣਾ ਜ਼ਰੂਰ ਹੈ। ਸਹੀ ਤਰੀਕਾ ਕੀ ਹੈ, ਕੋਈ ਜ਼ਿਆਦਾ ਔਖੀ ਗੱਲ ਨਹੀਂ ਗੀ, ਸਿਰਫ ਇੱਕੋ ਨਿੱਕੀ ਜਿਹੀ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਪਾਣੀ ਜਿੰਨਾ ਵੀ ਤੁਸੀਂ ਪਾਉਣਾ ਇਹਦੇ ਵਿੱਚ, ਤਕਰੀਬਨ 1.5 ਲੀਟਰ ਦੇ ਲਾਗੇ ਬੰਨੇ ਜਿਹੜਾ ਪਾਣੀ ਪੈ ਜਾਂਦਾ, 2 ਕਿਲੋ ਸਮਾਨ ਆਪਣਾ ਇਹ ਜਿਹੜਾ ਬਣ ਗਿਆ, ਤਾਂ ਪਾਣੀ ਪਾ ਕੇ ਇਹਨੂੰ ਤੁਸੀਂ ਘੱਟੋ ਘੱਟ 2 ਤੋਂ 2.5 ਘੰਟੇ ਮੱਠੀ ਮੱਠੀ ਅੱਗ ਦੇ ਉੱਤੇ ਇਸੇ ਤਰ੍ਹਾਂ ਆਪਣੇ ਆਪ ਜਿਹੜਾ ਰਿੱਝਦਾ ਰਹਿਣ ਦੇਣਾ। ਜਦੋਂ ਇਹ ਬਿਲਕੁਲ ਖੋਏ ਵਾਂਗੂ ਬਣ ਕੇ ਤਿਆਰ ਹੋ ਜਾਵੇ, ਉਦੋਂ ਤੁਸੀਂ ਇਹ ਪਸ਼ੂ ਨੂੰ ਠੰਡਾ ਕਰਕੇ ਖਵਾ ਦੇਣਾ। ਜ਼ਿਆਦਾ ਲੋਕ ਇੱਕੋ ਹੀ ਗਲਤੀ ਕਰ ਲੈਂਦੇ ਆ ਕਿ ਹੀਟਰ ਦੇ ਉੱਤੇ ਜਾਂ ਗੈਸ ਦੇ ਉੱਤੇ ਇਹਨੂੰ ਬਣਾਉਂਦੇ ਨੇ, ਜਦੋਂ ਤਾਂ ਉਹ ਬਸ 15-20 ਮਿੰਟਾਂ ਦੇ ਵਿੱਚ ਇਹਨੂੰ ਰਿੰਨ ਕੇ ਥੱਲੇ ਲਾ ਕੇ ਪਸ਼ੂ ਨੂੰ ਪਾ ਦਿੰਦੇ ਨੇ ਠੰਡਾ ਕਰਕੇ, ਪਰ ਉਤਰਾ ਇਹ ਕੰਮ ਨਹੀਂ ਕਰਦਾ। ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਦੇ ਵਿੱਚ ਘੱਟੋ ਘੱਟ 2 ਤੋਂ 2.5 ਘੰਟੇ ਰਿੰਨਣਾ। ਚੰਗੀ ਤਰ੍ਹਾਂ ਜਦੋਂ ਤਿਆਰ ਹੋ ਜਾਵੇ ਖੋਏ ਦੇ ਵਾਂਗ, ਤਾਂ ਉਦੋਂ ਤੁਸੀਂ ਇਹਨੂੰ ਜਿਹੜਾ ਆਪਣੇ ਪਸ਼ੂ ਨੂੰ ਪਾਉਣਾ। ਇਹ ਜਿਹੜਾ ਤਰੀਕਾ ਹੈ ਤੁਸੀਂ ਵਰਤ ਸਕਦੇ ਹੋ, ਬੜੀਆਂ ਸੌਖੀਆਂ ਜਿਹੀਆਂ ਚੀਜ਼ਾਂ ਨੇ, ਆਮ ਤੁਹਾਨੂੰ ਦੁਕਾਨਾਂ ਦੇ ਉੱਤੋਂ ਮਿਲ ਜਾਣਗੀਆਂ,
ਅਤੇ ਸਭ ਤੋਂ ਸਿਰਾ ਰਿਜ਼ਲਟ ਨੇ ਇਸ ਚੀਜ਼ ਦੇ। ਜਦੋਂ ਸਾਡਾ ਕੋਈ ਪਸ਼ੂ ਦੁੱਧ ਤੋਂ ਘੜਦਾ ਹੈ ਤਾਂ ਜਿੱਥੇ ਬਾਕੀ ਜਿਹੜੇ ਤਰੀਕੇ ਜਦੋਂ ਕੰਮ ਨਹੀਂ ਕਰਦੇ ਉਦੋਂ ਇਹ ਤਰੀਕਾ ਵਰਤਿਆ ਜਾਂਦਾ ਹੈ, ਇੰਨਾ ਜ਼ਿਆਦਾ ਕਾਮਯਾਬ ਹੈ ਅਤੇ ਇੰਨੇ ਕੁ ਜ਼ਿਆਦਾ ਵਧੀਆ ਰਿਜ਼ਲਟ ਮਿਲਣਗੇ ਕਿ ਇੱਕ ਵਾਰੀ ਬਿਲਕੁਲ ਡੈੱਡ ਸੈੱਲ ਪਸ਼ੂ ਜਿਹੜਾ ਉਹ ਵੀ ਇਹਦੇ ਨਾਲ ਦੁਬਾਰੇ ਤੋਂ ਚੁੱਕ ਕੇ ਦੁੱਧ ਦੇ ਉੱਤੇ ਚਲਾ ਜਾਊਗਾ। ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੇ ਹੋਰ ਕਿਸਾਨਾਂ ਦੇ ਨਾਲ। ਬੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਸ਼ੂ ਸੁਣਦੇ ਨੇ ਤਾਂ ਕਈਆਂ ਨੂੰ ਇਹ ਦਿੱਕਤ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਆਪਣੇ ਹੋਰ ਚਾਹੁਣ ਵਾਲੇ ਸੱਜਣ ਮਿੱਤਰ ਰਿਸ਼ਤੇਦਾਰਾਂ ਦੇ ਨਾਲ। ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।